ਤੋਂ ਇਨਫੋਰਮੇਸ਼ਨ ਮਿਲੀ ਸੀ ਰਾਤ ਨੂੰ, ਇਹਨਾਂ ਦਾ ਫੋਨ ਗਿਆ ਸੀ, ਕੁਝ ਬੰਦੇ ਅੰਦਰ ਆ ਗਏ ਨੇ ਇਹਨਾਂ ਸ਼ਰਟ ਤੋੜ ਕੇ, ਜਿਸ 'ਤੇ ਸਾਡਾ ਆਈ ਹੋਈ ਅਸੀਂ ਜਸਪਾਲ ਸਿੰਘ ਮੌਕੇ 'ਤੇ ਰਾਬਤ ਕਰਿਆ ਸੀ ਅਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਓਕੇ, ਬਾਕੀ ਤਾਂ ਚਲੋ ਇਹਨਾਂ ਦੇ ਹਾਈ ਅਲਰਟ ਸਿਸਟਮ ਲੱਗਿਆ ਹੋਇਆ ਸੀ, ਉਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਹੈਗਾ ਕਾਫੀ, ਅਤੇ ਇਸ ਕਰਕੇ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪੁਲਿਸ ਟੀਮ ਸਾਡੀ ਆਈ ਹੋਈ ਆ, ਅਸੀਂ ਪ੍ਰੋਪਰਲੀ ਜੋ ਵੀ ਰਿਸਰਚ ਦੇਖ ਰਹੇ ਹਾਂ। ਬਰਾੜ ਸਾਹਿਬ ਆਏ ਹੋਏ ਆ ਫਾਈਟ ਕਰ ਰਹੇ ਹਾਂ ਸਰ, ਇਹ ਕੈਮਰੇ ਜੇ ਅਸੀਂ ਚੈੱਕ ਕਰ ਰਹੇ ਹਾਂ, ਤੁਸੀਂ ਪ੍ਰਸ਼ਾਸਨ ਕਰ ਰਹੇ ਹੋ, ਉਸ ਮੁਤਾਬਕ ਹੀ ਅਸੀਂ ਇਨਵੈਸਟੀਗੇਸ਼ਨ ਕਰਕੇ ਮੈਂ ਲਾਈਵ ਦੇਖਾਂ ਅਪਰੋਕਸੀਮੇਟ 3 ਵਜੇ ਦੱਸਦੇ ਹਾਂ ਅਤੇ ਮੌਕੇ ਡਿਊਟੀ ਅਫਸਰ ਸਾਡਾ ਪੀਸੀ ਆ ਗਿਆ ਸੀ ਦੁਕਾਨ, ਉਸ ਤੋਂ ਬਾਅਦ ਬਾਕੀ ਇਨਵੈਸਟੀਗੇਸ਼ਨ ਸਾਡੀ ਟੀਮ ਆ ਗਈ ਆ। ਅਤੇ ਸਰ ਹੋਰ ਵੀ ਕੋਈ ਅਫਸਰ ਆ ਰਹੇ ਨੇ, ਡੀ ਐੱਸ ਪੀ ਵਗੈਰਾ, ਡੀ ਐੱਸ ਪੀ ਸਾਹਿਬ? ਫੋਰੈਂਸਿਕ ਟੀਮ ਆਈ ਹੋਈ ਹੈ ਸਾਡੀ, ਉਹ ਅਸੀਂ ਟੀਮ ਕਰ ਰਹੇ ਹਾਂ। ਠੀਕ ਹੈ ਜੀ, ਉਹਦੀ ਉਹ ਜਾਂਚ ਕਰ ਰਹੇ ਹਾਂ। ਹਾਂ, ਅਤੇ ਸਰ ਜਿਵੇਂ ਜਦੋਂ ਜਿਹੜੀ ਚੋਰੀਆਂ ਵੱਧਦੀਆਂ ਜਾ ਰਹੀਆਂ ਨੇ ਹਰੇਕ ਪਾਸੇ ਚੋਰੀਆਂ ਵੱਧ, ਇਹਦੇ ਬਾਰੇ ਕੀ ਕਹਿਣਾ ਹੋਵੇ ਸਰ? ਇਹ ਧੁੰਦ ਦਾ ਕਾਫੀ ਫਾਇਦਾ ਉਠਾਉਂਦੇ ਆ ਸ਼ਰਾਰਤੀ ਅਨਸਰ ਆ ਜਿਹੜੇ ਆ, ਹਾਂਜੀ, ਕਿਉਂਕਿ ਉਹ ਜ਼ਿਆਦਾ ਠੰਡ ਹੋਣ ਕਰਕੇ ਲੋਕ ਜਿਹੜਾ ਹੈਗਾ ਅੰਦਰ ਸੌਂ ਜਾਂਦੇ ਹੈਗੇ ਆ, ਅਤੇ ਉਹ ਵਿਜੀਬਿਲਿਟੀ ਜਿਹੜੀ ਘੱਟ ਜਾਂਦੀ ਹੈਗੀ ਆ, ਹਾਂਜੀ, ਧੁੰਦ ਦੇ ਕਾਰਨ ਵਹੀਕਲ ਦੀ ਅਤੇ ਬੰਦੇ ਦੀ, ਹਾਂਜੀ, ਇਸ ਕਰਕੇ ਜਿਹੜੇ ਕੋਲ ਵੀ ਬੰਦਾ ਜੇ ਫਿਰਦਾ ਹੁੰਦਾ ਤਾਂ ਉਹ ਘੱਟ ਨਜ਼ਰ ਆਉਂਦਾ ਹੈਗਾ। ਅਪਰੋਕਸੀਮੇਟ ਮੇਰੀ ਟੀਮ ਵੀ ਹੈ ਜਿਹੜੀ ਮੇਰੀ, ਉਹਨਾਂ ਨਾਲ ਗੱਲ ਹੋਈ ਹੈ ਰਾਤ, ਜਿਹੜੀ ਗਸ਼ਤ ਕਰ ਰਹੀ ਸੀ ਸਾਡੀ ਰੂਲਿੰਗ ਪਾਰਟੀ, ਉਹ ਵੀ ਉਸ ਤੋਂ ਜਦੋਂ ਇਹ ਇੰਸੀਡੈਂਟ ਹੋਇਆ ਉਸ ਤੋਂ 10 ਮਿੰਟ ਪਹਿਲਾਂ ਹੀ ਇੱਥੋਂ ਦੀ ਉਹ ਚੈੱਕ ਕਰਕੇ ਗਈ ਹੈ। ਸਰ ਦੱਸਿਆ ਜਾ ਰਿਹਾ ਕਿ ਇਹ ਆਹ ਜਗ੍ਹਾ ਤੋਂ ਚੋਰੀ ਇੱਕ ਥਾਂ ਅੱਗੇ ਕਰਕੇ ਦੋ ਕਦਮ ਚੋਰੀ, ਦੋ ਥਾਵਾਂ ਦੇ ਉੱਤੇ ਸ਼ਟਰ ਟੁੱਟੇ ਆ, ਉਹਨਾਂ ਨੇ ਤੋੜਨ ਕੋਸ਼ਿਸ਼ ਕੀਤੀ ਹੈ ਚੋਰੀ ਕਰਨ ਦੀ, ਪਰ ਉਹ ਅਲਰਟ ਹੋਣ ਕਰਕੇ ਸਿਸਟਮ ਇਹ ਬਚਾਅ ਹੋਇਆ। ਸਰ ਜਿਵੇਂ ਕਿ ਇਹ ਸ਼ਟਰ ਬੜਾ ਹੈਵੀ ਹੈ, ਸ਼ਟਰ ਬੜਾ ਭਾਰਾ ਹੈਗਾ, ਇਹਦੇ ਮੁੜ ਕੇ ਇੰਨਾ ਯਾਨੀ ਕਿ ਇੱਦਾਂ ਚੋਰਾਂ ਦਾ ਇੰਨਾ ਬੁਲੰਦ ਹੋ ਗਿਆ, ਯਾਨੀ ਕਿ ਜਿਹੜੇ ਚੋਰਾਂ ਨੇ ਜਦੋਂ ਸਫਲ ਪਾ ਕੇ ਚੱਲੇ ਕੋਈ ਵੀ ਚੀਜ਼ ਆ ਜਦੋਂ ਉਹ ਚੱਕੀ ਜਾ ਸਕਦੀ ਹੈਗੀ ਆ, ਹੈਵੀ ਚੀਜ਼ ਆ ਜਿਹੜੀ ਆ, ਉਹਨਾਂ ਨੇ ਕੋਸ਼ਿਸ਼ ਤਾਂ ਬੰਦਾ ਕਰਦਾ ਹੈਗਾ, ਚੋਰ ਜਿਹੜਾ ਹੈਗਾ ਆਪਣਾ ਜੋ ਹੈਗਾ ਉਹਨਾਂ ਨੇ ਹਾਂਜੀ ਕੋਸ਼ਿਸ਼ ਕਰਨੀ ਹੈ। ਬਾਕੀ ਇਹਨਾਂ ਨੂੰ ਬਹੁਤ ਜਲਦੀ ਅਸੀਂ ਅਰੈਸਟ ਕਰਾਂਗੇ, ਮੁਕੱਦਮਾ ਦਰਜ ਕਰਕੇ ਅਸੀਂ ਜੋ ਕਾਰਵਾਈ ਕਰਾਂਗੇ। ਅੰਦਰ ਕਿੰਨੇ ਜਾਣੇ ਗਏ ਹੈਗੇ ਸੀ? ਇੱਦਾਂ ਹਜੇ ਅਸੀਂ ਕੈਮਰੇ ਚੈੱਕ ਕਰਕੇ ਅਸੀਂ ਚੈੱਕ ਕਰ ਰਹੇ ਹਾਂ, ਸਿਸਟਮ ਫੁਟੇਜ ਚੈੱਕ ਕਰਕੇ ਉਸ ਤੋਂ ਬਾਅਦ ਹੀ ਅਸੀਂ ਇਨਵੈਸਟੀਗੇਸ਼ਨ ਕਰਨਾ। ਕੋਈ ਨੁਕਸਾਨ ਵੈਸੇ ਮਾਲਕਾਂ ਵੱਲ ਕੀ ਕਰ ਰਹੇ? ਹਜੇ ਤੱਕ ਤਾਂ ਬਚਾਅ ਆਇਆ ਕਿ ਚਾਂਦੀ ਦਾ ਛੋਟਾ ਡੱਬਾ ਸੀਗਾ, ਉਹਦੇ ਵਿੱਚ ਕੁਛ ਜਿਵੇਂ ਜਿਹੜੀ ਚਾਂਦੀ ਦੀ ਆਈਟਮਸ ਬਣੀ ਹੋਈ ਸੀ, ਉਹੀ ਕਾਊਂਟਰ 'ਤੇ ਪਿਆ ਸੀਗਾ, ਉਹ ਲੈ ਕੇ ਆਏ ਨੇ। ਠੀਕ ਹੈ, ਬਾਕੀ ਬਚਾਅ ਰਿਹਾ ਹੈਗਾ। ਮੇਰੀ ਸ਼ੋਪ ਦਾ ਨਾਮ ਅਮਨ ਜਵੈਲਰ, ਤਾਜਪੁਰ ਰੋਡ 'ਤੇ ਜੀ। ਇਹ ਰਾਤ 3 ਵਜੇ ਦਾ ਵਾਕਿਆ ਜੀ, ਰਾਤ 3 ਵਜੇ ਸਾਡੇ ਮੇਰੇ ਫੋਨ ਦੇ ਵਿੱਚ ਕੋਲ ਆਈ, ਜਿਹੜਾ ਮੈਂ ਸਿਸਟਮ ਲਗਾ ਚੁੱਕਾ ਦੁਕਾਨ ਦੇ ਵਿੱਚ, ਉਹ ਸਿਸਟਮ ਦੀ ਕੋਲ ਵੱਜੀ, ਮੈਨੂੰ ਪਤਾ ਲੱਗ ਗਿਆ ਮੇਰੀ ਦੁਕਾਨ ਦੇ ਵਿੱਚ ਕੋਈ ਐਂਟਰ ਕਰ ਗਿਆ। ਕਿੰਨੇ ਕੁ ਬੰਦੇ ਸੀ ਉਹ? ਮੈਂ ਤੁਹਾਨੂੰ ਦੱਸਦਾ ਜੀ, ਮੈਨੂੰ ਪਤਾ ਲੱਗ ਗਿਆ ਮੇਰੀ ਦੁਕਾਨ 'ਚ ਕੋਈ ਐਂਟਰ ਕਰ ਗਿਆ। ਮੈਂ ਦੁਕਾਨ ਦੇ ਵਿੱਚ ਆਉਣ ਲੱਗਾ, ਉੱਪਰ ਹੀ ਰਹਿੰਦੇ ਅਸੀਂ, ਅਤੇ ਮੇਰੇ ਘਰਦਿਆਂ ਨੇ ਮਨਾ ਕੀਤਾ, ਕਹਿੰਦੇ ਤੁਸੀਂ ਇਕੱਲੇ ਹੋ ਨਹੀਂ ਜਾਣਾ, ਅਤੇ ਪਹਿਲਾਂ ਬਾਹਰੋਂ ਇਕੱਠੇ ਕਰ ਲਓ ਕਿਸੇ ਨੂੰ, ਫਿਰ ਆਪਾਂ ਜਾਣਾ, ਉਹ ਪਤਾ ਨਹੀਂ ਕਿੰਨੇ ਜਾਣੇ ਹੋਣ। ਅਤੇ ਮੈਂ ਬਾਹਰ ਬਨੇਰੇ 'ਤੇ ਆਇਆ ਜੀ, ਮੈਂ ਬਨੇਰੇ 'ਤੇ ਆ ਕੇ ਰੌਲਾ ਪਾਇਆ ਆਂਢ ਗੁਆਂਢ ਨੂੰ ਜਗਾਉਣ ਵਾਸਤੇ, ਅਤੇ ਇੰਨੀ ਦੇਰ ਨੂੰ ਉਹ ਮੇਰੀ ਆਵਾਜ਼ ਸੁਣ ਕੇ ਭੱਜਣੇ ਸ਼ੁਰੂ ਹੋ ਗਏ ਜੀ। 25 ਤੋਂ 30 ਬੰਦੇ ਸੀ ਜੀ ਜਿਨ੍ਹਾਂ ਨੂੰ ਮੈਂ ਭੱਜਦਿਆਂ ਦੇਖਿਆ। ਉਦੋਂ ਬਾਅਦ ਅਸੀਂ ਆਪਣੀ ਵੀਡੀਓ ਦੇਖੀ ਕੈਮਰੇ ਦੀ, ਅੰਦਰ ਜਾ ਕੇ 2 ਬੰਦੇ ਅੰਦਰ ਐਂਟਰ ਹੋਏ ਜੀ, 2 ਬੰਦੇ ਐਂਟਰ ਹੋਏ ਆ, ਉਹਨਾਂ ਨੂੰ 1 ਮਿੰਟ ਅੰਦਰ ਮਿਲਿਆ ਜੀ। 1 ਮਿੰਟ ਦੇ ਵਿੱਚ ਸ਼ੀਸ਼ੇ ਵੀ ਤੋੜ ਕੇ ਗਏ ਜੀ, ਅਤੇ ਵਿੱਚੋਂ ਚਾਂਦੀ ਦਾ 1 ਡੱਬਾ ਲੈ ਕੇ ਗਏ, ਜਿਹਦੇ 1 ਕਿਲੋ ਜਾਂ 1.5 ਕਿਲੋ ਦੇ ਕਰੀਬ ਚਾਂਦੀ ਹੋਏਗੀ ਬਸ। ਕਿਲੋ ਤੋਂ 1.5 ਕਿਲੋ ਚਾਂਦੀ ਗਈ ਹੈ ਜੀ, ਹੋਰ ਨਹੀਂ ਹੋਇਆ। ਉਹ 1 ਤਾਂ ਅੰਦਰ ਹੂਟਰ ਵੱਜ ਗਿਆ ਜੀ, ਅਤੇ ਪਲੱਸ ਮੇਰੇ ਫੋਨ 'ਚ ਕੋਲ ਆ ਗਈ, ਉਹ ਹੂਟਰ ਕਰਕੇ ਹੀ ਬਚਾਅ ਹੋਇਆ ਜੀ ਮੇਰਾ। ਜਦੋਂ ਹੂਟਰ ਵੱਜਾ ਤਾਂ ਉਹ ਭੱਜ ਗਏ ਅੰਦਰੋਂ। ਅਸੀਂ ਫੋਨ ਕੀਤਾ ਜੀ, ਉਹ ਅੱਧੇ 1.25 ਘੰਟੇ 'ਚ ਆ ਗਏ ਸੀ।
ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਅਸੀਂ ਕਾਰਵਾਈ ਕਰਾਂਗੇ, ਬੰਦੇ ਟਰੇਸ ਕਰਾਂਗੇ ਅਤੇ ਅੱਗੋਂ ਸਕਿਉਰਟੀ ਦਾ ਸਿਸਟਮ ਵੀ ਅਸੀਂ ਇੱਥੇ ਤੁਹਾਡੀ ਰੋਡ 'ਤੇ ਪੂਰਾ ਲਾਗੂ ਕਰਾਂਗੇ ਹੈਗੀਆਂ ਜੀ। ਅੱਜ ਜੋ ਅਮਨ ਜੀ ਵੱਲੋਂ ਨੇ ਸਾਡੇ ਸਾਥੀ ਨੇ ਰਾਜਪੁਰ ਰੋਡ 'ਤੇ ਬਹੁਤ ਵੱਡੀ ਵਾਰਦਾਤ ਹੋਈ ਹੈ ਅਤੇ ਸ਼ਟਰ ਤੋੜ ਕੇ ਅੰਦਰ ਆ ਗਏ ਅਤੇ ਉਹ ਸਿਸਟਮ ਲੱਗਿਆ ਕਰਕੇ ਬਚਾਅ ਹੋ ਗਿਆ ਅਤੇ ਬਹੁਤ ਘਿਨੌਣੀ ਹਰਕਤ ਕਹਿ ਸਕਦੇ ਹਾਂ। ਔਰ ਕਾਫੀ ਜੋ ਦੱਸ ਰਹੇ ਨੇ ਬੰਦੇ ਵੀ ਮਿਲ ਕੇ ਤਕਰੀਬਨ 25 ਤੋਂ 30 ਬੰਦੇ ਸੀਗੇ, ਇਹਦਾ ਮਤਲਬ ਕੋਈ ਨਾ ਕੋਈ ਗੈਂਗ ਇਸ ਤਰ੍ਹਾਂ ਦਾ ਇਕੱਠਾ ਹੋ ਕੇ ਆ ਰਿਹਾ। ਬਿਲਕੁਲ ਮੈਂ CP ਸਾਹਿਬ ਦੀ ਨੌਲੇਜ ਵੀ ਲਿਆਂਦਾ, ਉੱਪਰ ਸਾਰੇ ਅਫਸਰਾਂ ਦੀ ਨੌਲੇਜ ਲਿਆਂਦਾ ਵਾ ਅਤੇ ਇਹਦੀ ਕਾਰਵਾਈ ਹੋ ਰਹੀ ਹੈ ਸਾਰੇ ਕੋਖ ਕਰਕੇ ਸਾਰੇ ਕੈਮਰੇ ਚੈੱਕ ਕਰਕੇ। ਬਿਲਕੁਲ ਇਹ ਜਲਦੀ ਇਹਨਾਂ 'ਤੇ ਕਾਰਵਾਈ ਹੋਊਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਵਾਸਤੇ ਪ੍ਰਬੰਧ ਕੀਤੇ ਜਾਣੇ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਇਹਦੇ ਵਾਰਦਾਤ ਵਾਸਤੇ ਜਿਹੜੀਆਂ ਖੁਦ ਵਾਰਦਾਤਾਂ ਹੋ ਰਹੀਆਂ ਨੇ ਔਰ ਗੱਡੀਆਂ ਵੀ ਚਲਾਈਆਂ ਗਈਆਂ ਨੇ ਅਤੇ PCR ਮਤਲਬ ਕਿ ਮੋਟਰਸਾਈਕਲ ਵੀ ਹੋਰ ਚਲਾ ਰਹੇ ਹਾਂ ਅਤੇ ਪਰ ਪ੍ਰੋਬਲਮ ਕੀ ਆ, ਏਰੀਆ ਬਹੁਤ ਜ਼ਿਆਦਾ ਵੱਧ ਗਿਆ, ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਗਈ, ਭਰਤੀ ਹੋਈ ਨਹੀਂ ਹੈਗੀ। ਅੱਜ ਤੁਸੀਂ ਦੇਖਿਆ ਹੋਣਾ ਵੀ ਲਗਾਤਾਰ ਅਸੀਂ ਭਰਤੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਸਰਕਾਰ, ਅਤੇ ਮੁਲਾਜ਼ਮਾਂ ਦੀ ਘਾਟ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਪਰ ਇਹ ਜਲਦੀ ਇਹ ਵਾਰਦਾਤ ਵਾਲੇ ਵੀ ਫੜੇ ਜਾਣਗੇ ਅਤੇ ਆਉਣ ਵਾਲੇ ਸਮੇਂ 'ਚ ਇਹਦਾ ਹੱਲ ਵੀ ਕੀਤਾ ਜਾਊਗਾ। ਸਰ ਜੇ ਗੱਲ ਕਰੀਏ ਇੱਧਰ ਟਾਈਪ ਰੋਡ 'ਤੇ ਪਹਿਲਾਂ ਵੀ 2-3 ਸੁਨਿਆਰਿਆਂ ਦੇ ਜਿਹੜਾ ਇਹ ਵਾਰਦਾਤ ਹੋਈ, ਲੇਕਿਨ ਜੇ ਲੋ ਐਂਡ ਆਰਡਰ ਨੂੰ ਦੇਖੀਏ ਤਾਂ ਜਿਹੜਾ ਪੁਲਿਸ ਦਾ ਡਰ ਖਤਮ ਹੋ ਚੁੱਕਾ। ਪਰ ਤੁਸੀਂ ਦੇਖਿਆ ਹੋਣਾ ਜਿਹਦੇ ਵਾਰਦਾਤ ਕਰਦੇ ਨੇ ਕੋਈ ਬਖਸ਼ੇ ਨਹੀਂ ਜਾਣਗੇ। ਤੁਸੀਂ ਦੇਖਿਆ ਹੋਣਾ ਵੀ ਜਿਹੜਾ ਇੱਕ ਕਿਡਨੈਪਿੰਗ ਕੇਸ ਹੋਇਆ ਸੀ ਅਤੇ ਉਹਦੇ ਵਿੱਚ ਕੀ ਹਸ਼ਰ ਹੋਇਆ ਵਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦਾ ਹਸ਼ਰ ਉਸ ਤਰ੍ਹਾਂ ਦਾ ਹੋਊਗਾ, ਕਿਉਂਕਿ ਡਰ ਜ਼ਰੂਰੀ ਹੈ ਅਤੇ ਡਰ ਪੈ ਰਿਹਾ ਹੁਣ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਪੱਕੀ ਤਰ੍ਹਾਂ ਕੀਤਾ ਜਾਊਗਾ। ਔਰ ਵੱਧ ਤੋਂ ਵੱਧ ਜਿਹੜੀ ਸਕਿਉਰਟੀ ਅਸੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਵਾ, ਜਿਵੇਂ ਗੱਡੀਆਂ ਵੀ ਹੋਰ ਆ ਰਹੀਆਂ ਨੇ ਅਤੇ CP ਸਾਹਿਬ ਵੀ ਬਹੁਤ ਵਧੀਆ ਮਤਲਬ ਕਿ ਇੰਟੈਲੀਜੈਂਟ ਨੇ ਔਰ ਉਹ ਵੀ ਥੋੜ੍ਹੇ ਸਮੇਂ ਕਹਿ ਸਕਦੇ ਵੀ ਥੋੜ੍ਹੇ ਦਿਨਾਂ ਦੇ ਵਿੱਚ ਇਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਤੇ ਆਉਣ ਵਾਲੇ ਸਮੇਂ 'ਚ ਇਹਦਾ ਪ੍ਰਬੰਧ ਵੀ ਕਰਾਂਗੇ।